ਬਈ ਗਾਣਾ ਕੋਈ ਹੈ ਹੀ ਨਹੀਂ, ਗਲਤ ਪ੍ਰਮੋਟ ਤਾਂ ਕੀਤਾ ਹੈ ਨਾ, ਜੇ ਹੁਣ ਕਿਹੜਾ ਉਹਦੇ ਗਾਣੇ ਨਾਲ ਹਥਿਆਰ ਲੈ ਲਏ ਲੋਕਾਂ ਨੇ, ਐਂ ਤਾਂ ਸੰਤ ਜਿਹੜੇ ਦਮਾਨ ਲਾਉਂਦੇ ਨੇ ਉਹਨਾਂ ਦੇ ਦਮਾਨ ਲਾਉਣ ਨਾਲ ਕਿਹੜਾ ਹਰੇਕ ਅੰਮ੍ਰਿਤ ਛੱਕ ਲੈਂਦਾ ਹੈ ਨਾ। ਇਹ ਤਾਂ ਜੀ ਬਹੁਤ ਗਲਤ ਗੱਲ ਹੈ, ਬਾਕੀ ਉਹਦੀ ਖੁਸ਼ੀ ਦੇਖ ਕੇ ਦੂਜੇ ਸਾਰੇ ਮਤਲਬ ਉਹਦੀਆਂ ਲੱਤਾਂ ਖਿੱਚਦੇ ਨੇ, ਪਰ ਚਾਹੇ ਹੋਣਾ ਨਹੀਂ ਚਾਹੀਦਾ ਸੀ, ਹਥਿਆਰ ਤਾਂ ਹਰੇਕ ਹੀ ਕਲਾਕਾਰਾਂ ਕੋਲ ਹੈ। ਉਹ ਅੱਜ ਤੋਂ ਪਹਿਲਾਂ ਵੀ ਨੇ ਗਾਇਆ ਸੀ, ਉਹ ਤਾਂ ਕਿਸੇ ਨੇ ਪੁੱਛਿਆ ਨਹੀਂ। ਕਰਨ ਔਜਲੇ ਨੇ ਵੀ ਇਹ ਗੀਤ ਗਾਇਆ, ਉਹਨੂੰ ਨਹੀਂ ਕੋਈ ਪੁੱਛਦਾ, ਠੀਕ ਹੈ ਨਾ। ਇਹਨੇ ਜੇ ਗਾਤਾ, ਇਹਨੇ ਤਾਂ ਗਾਇਆ ਵੀ ਨਹੀਂ, ਗਾਇਆ ਉਹ ਮਨਕੀਰਤ ਔਲਖ ਨੇ ਆ, ਥੋੜ੍ਹਾ ਜਿਹਾ ਪੈ ਗਿਆ ਇਹਨਾਂ ਨੇ। ਹਰਿੱਕ ਕੋਲ ਹੀ ਹਥਿਆਰ ਨੇ, ਹਥਿਆਰ ਤਾਂ ਬਾਕੀ ਰੱਖਣਾ ਹੀ ਪੈਂਦਾ, ਸੇਫਟੀ ਵਾਸਤੇ ਚਾਹੀਦਾ ਵੀ ਇਹਨਾਂ ਵਾਸਤੇ। ਹੁਣ ਆਪਾਂ ਤਾਂ ਤਿਉਹਾਰ ਕੀ ਕਰਨੇ ਆ, ਹਥਿਆਰ ਬਾਕੀ ਇਹ ਬਹੁਤ ਗਲਤ ਗੱਲ ਹੈ ਜੀ। ਇਹਨਾਂ ਨੇ ਮੁੱਦੇ ਬਣਾ ਲਏ। ਕਿਉਂਕਿ ਚੜ੍ਹਾਈ ਉਹਦੀ ਜ਼ਿਆਦਾ ਹੈ, ਚੜ੍ਹਾਈ ਕਰਕੇ ਉਹਦੀਆਂ ਜਾਣ ਬੁੱਝ ਕੇ ਲੱਤਾਂ ਖਿੱਚੀ ਜਾਂਦੀਆਂ ਨੇ। ਬਸ ਹਰੇਕ ਚਾਹੁੰਦਾ ਵੀ ਮੇਰਾ ਨਾਮ ਆਵੇ, ਮੂਹਰੇ ਮੇਰਾ ਨਾਮ ਆਵੇ, ਆਹ ਚੀਜ਼ ਹੈ ਯਾਰ। ਨਾ ਜੀ ਨਾ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਹੁਣ ਮੇਰੇ ਮੈਂ ਵੀ ਨੌਜਵਾਨ ਹੀ ਹੈ ਜੀ, ਮੇਰੇ ਕੋਲ ਤਾਂ ਜਦੋਂ ਪੈਸੇ ਹਥਿਆਰ ਲਿਆਉਣ ਨੂੰ ਪੈਸਾ ਤਾਂ ਹੈ ਨਹੀਂ, ਹੁਣ ਮੈਂ ਕਿੱਥੋਂ ਲਿਆਊਂਗਾ, ਇਹਦਾ ਗੱਲਾਂ ਬਣਾਈਆਂ ਜਾਂਦੀਆਂ। ਬਈ ਗਲਤ ਤਾਂ ਸਾਰਾ ਕੁਛ ਯਾਰ, ਗੱਲ ਤਾਂ ਕੁਛ ਵੀ ਨਹੀਂ ਹੈਗੀ, ਪਰ ਇਹਨਾਂ ਨੇ ਜਿਹੜੇ ਹੈਗੇ ਆ ਲੱਤਾਂ ਖਿੱਚਣ ਵਾਲੇ, ਜਾਣ ਬੁੱਝ ਕੇ ਉਹ ਜ਼ਿਆਦਾ ਵੱਡਾ ਬਣਾ ਲਿਆ ਮੁੱਦਾ, ਹੈ ਨਾ। ਉਹ ਅੱਜ ਤੋਂ ਪਹਿਲਾਂ ਵੀ ਨੇ ਗਾਇਆ ਸੀ, ਉਹ ਤਾਂ ਕਿਸੇ ਨੇ ਪੁੱਛਿਆ ਨਹੀਂ। ਕਰਨ ਔਜਲੇ ਨੇ ਵੀ ਇਹ ਗੀਤ ਗਾਇਆ, ਉਹਨੂੰ ਨਹੀਂ ਕੋਈ ਪੁੱਛਦਾ, ਠੀਕ ਹੈ ਨਾ। ਇਹਨੇ ਜੇ ਗਾਤਾ, ਇਹਨੇ ਤਾਂ ਗਾਇਆ ਵੀ ਨਹੀਂ, ਗਾਇਆ ਉਹ ਮਨਕੀਰਤ ਔਲਖ ਨੇ ਆ, ਥੋੜ੍ਹਾ ਜਿਹਾ ਪੈ ਗਿਆ ਇਹਨਾਂ ਨੇ, ਸਾਲਿਆਂ ਨੇ ਮੁੱਦੇ ਬਣਾ ਲਏ। ਕਿਉਂਕਿ ਚੜ੍ਹਾਈ ਉਹਦੀ ਜ਼ਿਆਦਾ ਹੈ, ਚੜ੍ਹਾਈ ਕਰਕੇ ਉਹਦੀਆਂ ਜਾਣ ਬੁੱਝ ਕੇ ਲੱਤਾਂ ਖਿੱਚੀ ਜਾਂਦੇ ਨੇ। ਬਸ ਹਰੇਕ ਚਾਹੁੰਦਾ ਵੀ ਮੇਰਾ ਨਾਮ ਆਵੇ, ਮੂਹਰੇ ਮੇਰਾ ਨਾਮ ਆਵੇ, ਆਹ ਚੀਜ਼ ਹੈ ਯਾਰ। ਕੀ ਇਸ ਤਰ੍ਹਾਂ ਦੇ ਗਾਣਿਆਂ ਨੂੰ ਪ੍ਰਮੋਟ ਹੋਣਾ ਚਾਹੀਦਾ? ਬਈ ਗਾਣਾ ਕੋਈ ਹੈ ਹੀ ਨਹੀਂ, ਗਲਤ ਪ੍ਰਮੋਟ ਤਾਂ ਕੀਤਾ ਹੈ ਨਾ, ਜੇ ਹੁਣ ਕਿਹੜਾ ਉਹਦੇ ਗਾਣੇ ਨਾਲ ਹਥਿਆਰ ਲੈ ਲਏ ਲੋਕਾਂ ਨੇ, ਐਂ ਤਾਂ ਸੰਤ ਜਿਹੜੇ ਦਮਾਨ ਲਾਉਂਦੇ ਨੇ ਉਹਨਾਂ ਦੇ ਦਮਾਨ ਲਾਉਣ ਨਾਲ ਕਿਹੜਾ ਹਰੇਕ ਅੰਮ੍ਰਿਤ ਛੱਕ ਲੈਂਦਾ, ਹੈ ਨਾ। ਨਾ ਕੋਈ ਗੀਤ ਨਾਲ ਹਥਿਆਰ ਲਵੇ ਅਤੇ ਨਾ ਕੋਈ ਦਮਾਨ ਸੁਣਨ ਨਾਲ ਅੰਮ੍ਰਿਤ ਛਕੇ, ਇਹ ਤਾਂ ਹਰੇਕ ਦੀ ਆਪੋ ਆਪਦੀ ਸੋਚ ਹੈ, ਕੋਈ ਨੈਗੇਟਿਵ ਸੋਚਦਾ, ਕੋਈ ਪੋਜ਼ਿਟਿਵ ਸੋਚਦਾ। ਇਹ ਤਾਂ ਜੀ ਬਹੁਤ ਗਲਤ ਗੱਲ ਹੈ, ਬਾਕੀ ਉਹਦੀ ਖੁਸ਼ੀ ਦੇਖ ਕੇ ਦੂਜੇ ਸਾਰੇ ਮਤਲਬ ਉਹਦੀਆਂ ਲੱਤਾਂ ਖਿੱਚਦੇ ਨੇ, ਪਰ ਚਾਹੇ ਹੋਣਾ ਨਹੀਂ ਚਾਹੀਦਾ ਸੀ, ਹਥਿਆਰ ਤਾਂ ਹਰੇਕ ਹੀ ਕਲਾਕਾਰਾਂ ਕੋਲ ਹੈ, ਹਰੇਕ ਕੋਲ ਹੀ ਹਥਿਆਰ ਨੇ, ਹਥਿਆਰ ਤਾਂ ਬਾਕੀ ਰੱਖਣਾ ਹੀ ਪੈਂਦਾ, ਸੇਫਟੀ ਵਾਸਤੇ ਚਾਹੀਦਾ ਵੀ ਇਹਨਾਂ ਵਾਸਤੇ। ਹੁਣ ਆਪਾਂ ਤਾਂ ਤਿਉਹਾਰ ਕੀ ਕਰਨੇ ਆ, ਹਥਿਆਰ ਬਾਕੀ ਇਹ ਬਹੁਤ ਗਲਤ ਗੱਲ ਹੈ ਜੀ। ਹਥਿਆਰ ਐਂ ਕੋਈ ਕਿਸੇ ਦੇ ਮਗਰ ਲੱਗ ਕੇ, ਨਾ ਤਾਂ ਕਿਸੇ ਨੂੰ ਕੋਈ ਮਾਰਦਾ, ਨਾ ਕੋਈ ਕੁੱਟਦਾ, ਅਤੇ ਹਥਿਆਰ ਤਾਂ ਰੱਖ ਹੀ ਸਕਦਾ ਉਹ ਬੰਦਾ, ਗਾਇਕ ਬੰਦਾ ਤਾਂ ਕਿਉਂ ਹੱਕ ਹੁੰਦਾ ਉਹਦਾ ਵੀ ਸਕਿਉਰਿਟੀ ਵਾਸਤੇ। ਬਹੁਤ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਉਹਨੂੰ ਦੇਖ ਕੇ ਜਿਹੜੇ ਨਵੇਂ ਉੱਗਰਦੇ ਨੌਜਵਾਨ ਆ ਉਹਨਾਂ 'ਤੇ ਪੂਰਾ ਪ੍ਰਭਾਵ ਪੈਂਦਾ? ਨਾ ਜੀ ਨਾ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਹੁਣ ਮੈਂ ਵੀ ਨੌਜਵਾਨ ਹੀ ਹੈ ਜੀ, ਮੇਰੇ ਕੋਲ ਤਾਂ ਜਦੋਂ ਪੈਸੇ ਹਥਿਆਰ ਲਿਆਉਣ ਨੂੰ ਪੈਸਾ ਤਾਂ ਹੈ ਨਹੀਂ, ਹੁਣ ਮੈਂ ਕਿੱਥੋਂ ਲਿਆਊਂਗਾ, ਇਹਦਾ ਗੱਲਾਂ ਬਣਾਈਆਂ ਜਾਂਦੀਆਂ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ